ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 6 ਅਗਸਤ 2024। ਅੱਜ ਦੀ ਇੱਕ ਕਲਾਸ ਦੇ ਵਿੱਚ ਅਸੀਂ ਕਰਾਂਗੇ 6 ਅਗਸਤ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਔਰਤਾਂ ਲਈ ਮੁੱਖ ਮੰਤਰੀ ਮੈਨੀਅਨ ਸਨਮਾਨ ਯੋਜਨਾ ਸ਼ੁਰੂ ਕੀਤੀ ਹੈ? ਹਾਂਜੀ, ਜਿਵੇਂ ਮੱਧ ਪ੍ਰਦੇਸ਼ ਨੇ ਔਰਤਾਂ ਦੇ ਲਈ ਲਾਡਲੀ ਬਹਿਣਾ ਯੋਜਨਾ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਝਾਰਖੰਡ ਦੀ ਗੌਰਮੈਂਟ ਨੇ ਔਰਤਾਂ ਦੇ ਲਈ ਮੁੱਖ ਮੰਤਰੀ ਮੈਨੀਅਨ ਸਨਮਾਨ ਯੋਜਨਾ ਸ਼ੁਰੂ ਕੀਤੀ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ, ਝਾਰਖੰਡ। ਇਸ ਦੇ ਵਿੱਚ ਕੀ ਹੈ ਕਿ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਸ ਯੋਜਨਾ ਦੇ ਤਹਿਤ। ਹੁਣ ਇਹ ਝਾਰਖੰਡ ਨੇ ਸ਼ੁਰੂ ਕੀਤੀ ਹੈ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਝਾਰਖੰਡ। ਝਾਰਖੰਡ ਦੀ ਕੈਪੀਟਲ ਆ ਰਾਂਚੀ। ਇੱਥੋਂ ਦੇ ਚੀਫ ਮਿਨਿਸਟਰ ਆ ਹੇਮੰਤ ਸੋਰੇਨ ਅਤੇ ਗਵਰਨਰ ਆ ਸੰਤੋਸ਼ ਗੰਗਵਾਲ। ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਦਾ ਰਾਜਪਾਲ ਬਣਾਇਆ ਗਿਆ। ਝਾਰਖੰਡ ਵਿੱਚ ਅਪਾਹਜ ਵਿਦਿਆਰਥੀਆਂ ਲਈ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਝਾਰਖੰਡ ਵਿੱਚ 30 ਜੂਨ ਨੂੰ ਹੂਲ ਦਿਵਸ ਮਨਾਇਆ ਗਿਆ। ਝਾਰਖੰਡ ਵਿੱਚ 3 ਰੋਜ਼ਾ ਪੂਸਾ ਖੇਤੀ ਵਿਗਿਆਨ ਮੇਲਾ ਸ਼ੁਰੂ ਹੋਇਆ। ਝਾਰਖੰਡ ਸਰਕਾਰ ਨੇ ਵਿਧਵਾ ਪੁਨਰ ਵਿਆਹ ਪ੍ਰੋਤਸਾਹਨ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ। ਜੇ ਪ੍ਰਦੀਪ ਕੁਮਾਰ ਨੂੰ ਝਾਰਖੰਡ ਹਾਈਕੋਰਟ ਵਿੱਚ ਸਥਾਈ ਜੱਜ ਚੁਣਿਆ ਗਿਆ। ਝਾਰਖੰਡ ਸਰਕਾਰ ਨੇ ਆਦਿਵਾਸੀਆਂ ਅਤੇ ਦਲਿਤਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ ਘਟਾ ਕੇ 50 ਸਾਲ ਕਰ ਦਿੱਤੀ। ਨੈਕਸਟ ਹੈ, ਹਾਲ ਹੀ ਵਿੱਚ 2 ਰੋਜ਼ਾ ਆਕਾਸ਼ਵਾਣੀ ਸੰਗੀਤ ਸੰਮੇਲਨ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, 2 ਰੋਜ਼ਾ ਆਕਾਸ਼ਵਾਣੀ ਸੰਗੀਤ ਸਮਾਗਮ ਆਯੋਜਿਤ ਕੀਤਾ ਗਿਆ ਨਵੀਂ ਦਿੱਲੀ ਦੇ ਵਿੱਚ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਾਲ ਹੀ ਵਿੱਚ ਕਿੰਨੇ ਦੇਸ਼ਾਂ ਦਾ ਸਰਕਾਰੀ ਦੌਰਾ ਕੀਤਾ? ਹਾਂਜੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਸਰਕਾਰੀ ਦੌਰੇ 'ਤੇ ਗਈ ਹੈ, ਜਾਣੀ ਕਿ ਯਾਤਰਾ 'ਤੇ ਗਈ ਹੈ। ਇਸ ਦੇ ਵਿੱਚ 3 ਦੇਸ਼ਾਂ ਦੀ ਯਾਤਰਾ ਕਰਨਗੇ। ਸਭ ਤੋਂ ਪਹਿਲਾਂ ਫਿਜੀ ਜਾਣਗੇ, ਉਸ ਤੋਂ ਬਾਅਦ ਨਿਊਜ਼ੀਲੈਂਡ, ਫਿਰ ਤਿਮੋਰ ਲੈਸਟੇ ਦੇ ਵਿੱਚ ਜਾਣਗੇ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ ਲਵ ਜਿਹਾਦ ਦੇ ਦੋਸ਼ੀ ਨੂੰ ਕਿਸ ਰਾਜ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ? ਦੇਖੋ, ਅਸਮ ਦੀ ਗੌਰਮੈਂਟ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਵਾ, ਜਿਸ ਦੇ ਵਿੱਚ ਕੀ ਆ ਕਿ ਲਵ ਜਿਹਾਦ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ। ਆਪਸ਼ਨ ਨੰਬਰ A ਇੱਥੇ ਰਾਈਟ ਆਨਸਰ ਹੈ, ਅਸਮ। ਅਤੇ ਇਸ ਦੇ ਨਾਲ ਅਸਮ ਨੇ ਇੱਕ ਹੋਰ ਸੇਵਾ ਸ਼ੁਰੂ ਕੀਤੀ ਆ ਕਿ ਜਿਹੜੇ ਵੀ ਸਟੇਟ ਗੌਰਮੈਂਟ ਜੋਬਸ ਆ, ਜਿੰਨੀਆਂ ਵੀ ਅਸਮ ਦੇ ਵਿੱਚ ਅਸਮ ਰਾਜ ਦੀਆਂ ਗੌਰਮੈਂਟਸ ਜੋਬ ਹੋਣਗੀਆਂ, ਉਸ ਦੇ ਵਿੱਚ ਸਿਰਫ ਉਹੀ ਵਿਅਕਤੀ ਅਪਲਾਈ ਕਰ ਸਕਦਾ, ਉਸੇ ਵਿਅਕਤੀ ਨੂੰ ਮਿਲੇਗੀ ਜਿਸਦਾ ਜਨਮ ਅਸਮ ਦੇ ਵਿੱਚ ਹੋਇਆ। ਅਤੇ ਹੁਣ ਅਸਮ ਨੇ ਐਲਾਨ ਕੀਤਾ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ। ਅਸਮ ਦੀ ਕੈਪੀਟਲ ਆ ਦੇਸ਼ਪੁਰ। ਇੱਥੋਂ ਦੇ ਚੀਫ ਮਿਨਿਸਟਰ ਆ ਹੇਮੰਤ ਵਿਸ਼ਵਾ ਸ਼ਰਮਾ ਅਤੇ ਗਵਰਨਰ ਆ ਲਕਸ਼ਮਣ ਆਚਾਰੀਆ। ਨਿਆਂ ਪ੍ਰਦਾਨ ਕਰਨ ਲਈ ਅਸਮ ਵਿੱਚ ਪਹਿਲੀ ਗਵਾਹ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਗਈ। ਅਸਮ ਵਿੱਚ ਹੜ੍ਹ ਰਾਹਤ ਕੈਂਪਾਂ ਵਿੱਚ ਬੱਚਿਆਂ ਨੂੰ ਸਕੂਲ ਇੰਨੇ ਬਾਕਸ ਕਿੱਟਾਂ ਦਿੱਤੀਆਂ ਜਾਣਗੀਆਂ। ਅਸਮ ਸਰਕਾਰ ਨੇ ਬਾਲ ਵਿਆਹ ਨੂੰ ਰੋਕਣ ਲਈ ਮਹੀਨਾਵਾਰ ਵਜ਼ੀਫੇ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਜੋਰਹਾਟ ਵਿੱਚ ਲਚਿਤ ਬੋਰ ਫੁਕਨ ਦੀ 125 ਫੁੱਟ ਮੂਰਤੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਸਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੇਲਾ ਸੁਰੰਗ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ। ਕਾਜ਼ੀ ਨੇਮੂ ਨੂੰ ਅਸਮ ਦੇ ਰਾਜਪਾਲ ਵਜੋਂ ਮਾਨਤਾ ਦਿੱਤੀ ਗਈ। ਨੈਕਸਟ ਹੈ, ਸੁਪਰੀਮ ਕੋਰਟ ਦੁਆਰਾ ਆਯੋਜਿਤ ਵਿਸ਼ੇਸ਼ ਲੋਕ ਅਦਾਲਤ ਹਾਲ ਹੀ ਵਿੱਚ ਕਿੱਥੇ ਸਮਾਪਤ ਹੋਈ? ਹਾਂਜੀ, ਸੁਪਰੀਮ ਕੋਰਟ ਨੇ ਇੱਕ ਵਿਸ਼ੇਸ਼ ਲੋਕ ਅਦਾਲਤ ਸਥਾਪਿਤ ਕੀਤੀ ਸੀਗੀ। ਇਹ ਸਥਾਪਿਤ ਕੀਤੀ ਗਈ ਜੀ ਨਵੀਂ ਦਿੱਲੀ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਤੇ ਹੁਣ ਇਹ ਸਮਾਪਤ ਹੋ ਚੁੱਕੀ ਹੈ। ਨੈਕਸਟ ਹੈ, ਆਯੁਸ਼ ਮੰਤਰਾਲੇ ਨੇ ਹਾਲ ਹੀ ਵਿੱਚ ਕਿਸ ਦੇ ਨਾਲ ਇੱਕ ਦਾਨੀ ਸਮਝੌਤਾ ਕੀਤਾ? ਹਾਂਜੀ, ਇੱਕ ਦਾਨੀ ਇੱਕ ਡੋਨਰ ਸਮਝੌਤਾ ਕੀਤਾ ਆਯੁਸ਼ ਮੰਤਰਾਲੇ ਨੇ WHO ਨਾਲ, ਜਾਣੀ ਕਿ ਵਰਲਡ ਹੈਲਥ ਔਰਗੇਨਾਈਜੇਸ਼ਨ ਨਾਲ। ਇਸ ਦੀ ਸਥਾਪਨਾ 7 April 1948 ਨੂੰ ਹੋਈ ਸੀ। ਹੈੱਡਕੁਆਰਟਰ ਜਨੇਵਾ ਦੇ ਵਿੱਚ। ਐਟ ਪ੍ਰੈਜੈਂਟ ਇਸ ਦੇ ਹੈੱਡ ਆ ਟੈਡਰੋਸ ਅਧਾਨੋ ਗਵੇਰੀਅਸ। ਨੈਕਸਟ ਹੈ, ਹਾਲ ਹੀ ਵਿੱਚ US ਕੋਸਟ ਗਾਰਡ ਦਿਵਸ ਕਦੋਂ ਮਨਾਇਆ ਗਿਆ? US ਕੋਸਟ ਗਾਰਡ ਦਿਵਸ ਮਨਾਇਆ ਗਿਆ ਜੀ ਰੀਸੈਂਟਲੀ 4 August ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। US ਕੋਸਟ ਗਾਰਡ ਦੀ ਸਥਾਪਨਾ 4 August 1790 ਨੂੰ ਹੋਈ ਸੀ। ਠੀਕ ਹੈ, ਅਤੇ ਇਸ ਕਰਕੇ 4 August ਨੂੰ US ਕੋਸਟ ਗਾਰਡ ਦਿਵਸ ਮਨਾਇਆ ਗਿਆ। ਹੁਣ ਅਗਸਤ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 August ਨੂੰ ਰਾਸ਼ਟਰੀ ਪਰਬਤਾਰੋਹੀ ਦਿਵਸ, ਵਿਸ਼ਵ ਫੇਫੜਿਆਂ ਦੇ ਕੈਂਸਰ ਦਿਵਸ ਮਨਾਇਆ ਗਿਆ। 2 August ਨੂੰ ਦਾਦਰਾ ਅਤੇ ਨਗਰ ਹਵੇਲੀ ਮੁਕਤੀ ਦਿਵਸ ਮਨਾਇਆ ਗਿਆ। 3 August ਨੂੰ ਭਾਰਤੀ ਅੰਗਦਾਨ ਦਿਵਸ ਮਨਾਇਆ ਗਿਆ। ਨੈਕਸਟ ਹੈ, 20 ਸਾਲਾਂ ਬਾਅਦ 100 meter ਦੌੜ ਵਿੱਚ ਕਿਸ ਦੇਸ਼ ਨੇ ਹਾਲ ਹੀ ਵਿੱਚ ਸੋਨੇ ਦਾ ਮੈਡਲ ਜਿੱਤਿਆ ਹੈ? ਹਾਂਜੀ, 20 ਸਾਲ ਬਾਅਦ 100 meter ਦੌੜ ਦੇ ਵਿੱਚ ਸੋਨੇ ਦਾ ਮੈਡਲ ਜਿੱਤਿਆ ਅਮੈਰੀਕਾ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਮੈਰੀਕਾ ਦੇ ਦੌੜਾਕ ਨੂੰ ਲਾਇਲਸ, ਇਹਨਾਂ ਨੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੀ 100 meter ਅਥਲੈਟਿਕ ਦੌੜ ਵਿੱਚ ਸੋਨੇ ਦਾ ਮੈਡਲ ਜਿੱਤਿਆ, ਅਤੇ ਇਹ ਦੌੜ ਇਹਨਾਂ ਨੇ 9.9 seconds ਦੇ ਵਿੱਚ ਪੂਰੀ ਕੀਤੀ ਆ, ਅਤੇ ਇਸ ਨਾਲ ਅਮੈਰੀਕਾ ਨੇ 20 ਸਾਲ ਬਾਅਦ ਓਲੰਪਿਕ 100 meter ਦੌੜ ਦਾ ਸੋਨੇ ਦਾ ਮੈਡਲ ਜਿੱਤਿਆ ਓਲੰਪਿਕ ਦੇ ਵਿੱਚ। ਠੀਕ ਹੈ, ਹੁਣ ਅਮੈਰੀਕਾ ਦੀ ਗੱਲ ਆ। ਅਮੈਰੀਕਾ ਦੀ ਕੈਪੀਟਲ ਆ Washington DC, ਕਰੰਸੀ ਅਮੈਰੀਕਨ ਡੋਲਰ, ਪ੍ਰੈਜ਼ੀਡੈਂਟ ਆ ਜੋ ਬਾਈਡਨ। ਸੱਭਿਆਚਾਰਕ ਸੰਪੱਤੀਆਂ ਦੀ ਵਾਪਸੀ ਅਤੇ ਸੁਰੱਖਿਆ ਲਈ ਭਾਰਤ ਅਤੇ ਅਮੈਰੀਕਾ ਵਿੱਚ ਕਰਦੁਵੱਲੇ ਸਮਝੌਤੇ 'ਤੇ ਸਾਈਨ ਕੀਤੇ ਗਏ। ਦੁਨੀਆ ਦਾ ਸਭ ਤੋਂ ਵੱਡਾ ਜਲ ਸੈਨਾ ਅਭਿਆਸ ਰਿਮਪੈਕ ਅਮੈਰੀਕਾ ਵਿੱਚ ਸ਼ੁਰੂ ਹੋਇਆ। ਦੱਖਣੀ ਕੋਰੀਆ, ਜਪਾਨ ਅਤੇ ਅਮੈਰੀਕਾ ਨੇ ਤ੍ਰਿਪੱਖੀ ਵਾਰ ਡੋਮੇਨ ਅਭਿਆਸ ਸ਼ੁਰੂ ਕੀਤਾ। ਅਮੈਰੀਕਾ ਭਾਰਤ ਦਾ ਚੋਟੀ ਦਾ ਰੱਖਿਆ ਨਿਰਯਾਤਕ ਭਾਈਵਾਲ ਬਣ ਕੇ ਉੱਭਰਿਆ। ਅਮਰੀਕੀ ਰਾਸ਼ਟਰਪਤੀ ਨੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ। ਅਮੈਰੀਕਾ ਨੇ ਭਾਰਤ ਨੂੰ ਕੱਟੀ ਪ੍ਰੀਡੈਟਰ ਡਰੋਨ ਵੇਚਣ ਦੀ ਮਨਜ਼ੂਰੀ ਦਿੱਤੀ। ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲਿਆ? ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲਿਆ ਦਲਜੀਤ ਸਿੰਘ ਚੌਧਰੀ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੀਮਾ ਸੁਰੱਖਿਆ ਬਲ ਸੁਰੱਖਿਆ ਯੋਜਨਾ ਜਾਂ ਸਸ਼ਸਤਰ ਸੀਮਾ ਬਲ ਦੇ ਡਾਇਰੈਕਟਰ ਜਨਰਲ ਆ ਦਲਜੀਤ ਸਿੰਘ ਚੌਧਰੀ। ਇਹਨਾਂ ਨੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦਾ ਵਾਧੂ ਅਹੁਦਾ ਸੰਭਾਲਿਆ ਵਾ। ਠੀਕ ਹੈ, ਹੁਣ ਅਸੀਂ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਆ, ਤਾਂ ਸੰਜੇ ਸ਼ੁਕਲਾ ਨੇ ਨੈਸ਼ਨਲ ਹਾਊਸਿੰਗ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਸਤੀਸ਼ ਝਾਅ ਨੂੰ ਈਸਟਰਨ ਕੋਲ ਫੀਲਡਸ ਲਿਮਟਿਡ ਦਾ CMD ਚੁਣਿਆ ਗਿਆ। ਵਿਕਾਸ ਲੇਖੜਾ ਨੇ ਅਸਮ ਰਾਈਫਲਸ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ। ਸਾਧਨਾ ਸਕਸੈਨਾ ਆਰਮੀ ਮੈਡੀਕਲ ਸਰਵਿਸਿਸ ਦੀ ਪਹਿਲੀ ਮਹਿਲਾ DG ਬਣੀ। ਮਨੋਜ ਮਿੱਤਲ ਨੂੰ ਸਿਡਵੀ ਦਾ CMD ਚੁਣਿਆ ਗਿਆ।
ਰਵਿੰਦਰ ਕੁਮਾਰ ਨੂੰ ਚੋਲਮੰਡਲ ਇਨਵੈਸਟਮੈਂਟ ਐਂਡ ਫਾਈਨੈਂਸ ਦਾ MD ਚੁਣਿਆ ਗਿਆ। ਸ਼ੇਖਰ ਕਪੂਰ ਨੂੰ IFFI ਫੈਸਟੀਵਲ ਡਾਇਰੈਕਟਰ ਨਿਯੁਕਤ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਮੌਸਮ ਦੀ ਭਵਿੱਖਬਾਣੀ ਲਈ ਡੋਪਲਰ ਰਾਡਾਰ ਕਿੱਥੇ ਸਥਾਪਿਤ ਕੀਤੀ ਜਾਵੇਗੀ? ਹਾਂਜੀ, ਡੋਪਲਰ ਰਾਡਾਰ ਮੌਸਮ ਦੀ ਭਵਿੱਖਬਾਣੀ ਕਰਨ ਦੇ ਲਈ ਹੈ। ਜਿਵੇਂ ਹੁਣ ਰੀਸੈਂਟਲੀ ਹਿਮਾਚਲ ਦੇ ਵਿੱਚ ਬੱਦਲ ਫਟਿਆ ਅਤੇ ਉਹਦੇ ਨਾਲ ਕਈ ਲੋਕਾਂ ਦੀ ਡੈਥ ਹੋਈ ਆ, ਕਈ ਲੋਕਾਂ ਦੀ ਜਾਨ ਚਲੀ ਗਈ ਆ। ਅਤੇ ਇਸ ਤਰ੍ਹਾਂ ਮੌਸਮ ਦੀ ਭਵਿੱਖਬਾਣੀ ਕਰਨ ਦੇ ਲਈ, ਤਾਂ ਜੋ ਮੌਸਮ ਦਾ ਪਹਿਲਾਂ ਹੀ ਅਨੁਮਾਨ ਲਗਾਇਆ ਜਾ ਸਕੇ, ਤਾਂ ਇਹ ਲਾਹੌਲ ਸਪੀਤੀ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ, ਡੋਪਲਰ ਰਾਡਾਰ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਟਾਟਾ ਦੇ ਸੈਮੀ ਕੰਡਕਟਰ ਯੂਨਿਟ ਦਾ ਨਿਰਮਾਣ ਕੰਮ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ? ਹਾਂਜੀ, ਟਾਟਾ ਦੇ ਸੈਮੀ ਕੰਡਕਟਰ ਯੂਨਿਟ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਜੀ, ਇਹ ਸ਼ੁਰੂ ਹੋਇਆ ਮੋਰੀਗਾਮ ਦੇ ਵਿੱਚ। ਮੋਰੀਗਾਓਂ ਜਾਣੀ ਕਿ ਇੱਕ ਪਿੰਡ ਆ, ਮੋਰੀਗਾਓਂ ਇਹ ਅਸਮ ਦੇ ਵਿੱਚ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਹਾਲ ਹੀ ਵਿੱਚ 14ਵੀਂ ਭਾਰਤ ਵੀਅਤਨਾਮ ਰੱਖਿਆ ਨੀਤੀ ਵਾਰਤਾ ਕਿੱਥੇ ਸ਼ੁਰੂ ਹੋਈ? 14ਵੀਂ ਭਾਰਤ ਵੀਅਤਨਾਮ ਰੱਖਿਆ ਨੀਤੀ ਵਾਰਤਾ ਇਹ ਸ਼ੁਰੂ ਹੋਈ ਹੈ ਜੀ ਨਵੀਂ ਦਿੱਲੀ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਪ੍ਰਦਰਸ਼ਨਕਾਰੀਆਂ ਨੇ ਹਾਲ ਹੀ ਵਿੱਚ ਦੇਸ਼ ਵਿਆਪੀ ਅਸਹਿਯੋਗ ਅੰਦੋਲਨ ਦਾ ਐਲਾਨ ਕਿੱਥੇ ਕੀਤਾ? ਹਾਂਜੀ, ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿਆਪੀ ਅਸਹਿਯੋਗ ਅੰਦੋਲਨ ਦਾ ਐਲਾਨ ਕੀਤਾ ਜੀ, ਇਹ ਐਲਾਨ ਬੰਗਲਾਦੇਸ਼ ਦੇ ਵਿੱਚ ਹੋਇਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਬੰਗਲਾਦੇਸ਼ ਦੀ ਗੱਲ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼, ਬੰਗਲਾਦੇਸ਼ ਦੀ ਕੈਪੀਟਲ ਆ ਢਾਕਾ, ਕਰੰਸੀ ਆ ਟਕਾ, ਪ੍ਰਾਈਮ ਮਿਨਿਸਟਰ ਮੁਹੰਮਦ ਸ਼ਹਾਬੂਦੀਨ, ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ, ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੂਦੀਨ। ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ, ਟੋਟਲ 4096 ਕਿਲੋਮੀਟਰ ਦੀ ਹੱਦ ਲੱਗਦੀ ਆ ਬੰਗਲਾਦੇਸ਼ ਦੀ ਭਾਰਤ ਦੇ ਨਾਲ। ਬੰਗਲਾਦੇਸ਼ ਦੇ ਨਾਲ ਭਾਰਤ ਦੇ 5 ਰਾਜਾਂ ਦੀ ਹੱਦ ਲੱਗਦੀ ਆ, ਪੱਛਮੀ ਬੰਗਾਲ, ਅਸਮ, ਮੇਘਾਲਿਆ, ਤ੍ਰਿਪੁਰਾ। ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ। ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚ ਘਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਾਤੀ ਸੰਸਦ ਅਤੇ ਰਾਸ਼ਟਰੀ ਸੰਸਦ। ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ। ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ। ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਭਾਰਤ ਨੂੰ ਬੰਗਲਾਦੇਸ਼ ਦੇ ਮੋਗਲਾ ਪੋਰਟ ਟਰਮੀਨਲ ਲਈ ਸੰਚਾਲਨ ਅਧਿਕਾਰ ਪ੍ਰਾਪਤ ਹੋਏ। ਭਾਰਤ ਨੇ ਬੰਗਲਾਦੇਸ਼ ਵਿੱਚ ਆਪਣਾ ਨਵਾਂ ਕੌਂਸਲੈਂਟ ਖੋਲ੍ਹਣ ਦਾ ਐਲਾਨ ਕੀਤਾ। ਭਾਰਤ ਬੰਗਲਾਦੇਸ਼ ਦੇ ਨਾਗਰਿਕਾਂ ਲਈ ਮੈਡੀਕਲ ਵੀਜ਼ਾ ਸ਼ੁਰੂ ਕਰੇਗਾ। ਜਨਰਲ ਵਾਕਰੁਜ਼ ਜ਼ਮਾਨ ਨੂੰ ਬੰਗਲਾਦੇਸ਼ ਦਾ ਨਵਾਂ ਸੈਨਾ ਮੁਖੀ ਚੁਣਿਆ ਗਿਆ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਦੀ ਸਾਂਝੀ ਕ੍ਰਾਂਸੀ ਦੀ ਵਕਾਲਤ ਕੀਤੀ। ਬੰਗਲਾਦੇਸ਼ 'ਚ 2 ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਆ। ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।